ਨਸੂੜੀਆਂ ਛੱਡ ਜਾ ਨਸੂੜੀਆਂ ਨਾ ਖਾਈ ਜੇ ਜ਼ਿੰਦਗੀ ਵਿੱਚ ਜਾਰ ਦੋ ਕੁਝ ਤਾਂ ਪੇਟੇ ਲਾਣ ਤੇ ਕਹਿਦੀ ਫਿਰ ਥੋੜੇ ਨਾਲ ਆਪਾਂ ਹਟਾ ਰਹੇ ਆ ਫਿਰ ਦਵਾਈ ਦੀ ਕੀ ਲੋੜ ਸੀ ਬਾਬਾ ਜਮੀ ਛੇਲੀ ਲਾਈ ਦਰੋ ਇਹਨੇ ਨਹੀਂ ਬਿਆਹ ਘਟਾ ਫੇ ਸੀ ਧਾਰ ਕਰ ਲੋ ਬਾਬਾ ਨਾਲ ਪਤਾ ਲੱਗ ਜੂ ਜਾਰ ਦੋ ਕੋਣ ਹਟ ਗਈ ਕਿ ਨਾ ਮੇਰੇ ਕੋਲੇ ਇਹ ਜੀ ਦਵਾਈਆਂ ਬੰਦਾ ਜੁੜਿਆ ਪਿਆ ਚਲਾ ਦੂ ਤੈਨੂੰ ਕੋਲੇ ਰੱਖਣੇ ਹੁੰਦੇ 9 ਵਜੇ ਦਾ ਠੰਡੇ ਪਾਣੀ ਨਾਲ ਨਹਾਉਣਾ ਜਿਮ ਕਰਨਾ ਤੜਕੇ 4 ਵਜੇ ਉੱਠਦਾ ਪਿਛਲੇ ਸਾਲ ਬੁਖਾਰ ਚੜਿਆ ਸੀ 3 ਸਾਲਾਂ ਤੋਂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆਪਣੇ ਨਵੇਂ ਬਲੌਗ 'ਚ ਤੇ ਸਿਰਾਂ ਤੇ ਬੰਨੀਆਂ ਹੋਈਆਂ ਰਮਾਲਾਂ ਦੱਸਦੀਆਂ ਕਿ 10 ਅਖੰਡ ਪਾਠ ਦੇ ਭੋਗ ਤੇ ਚੱਲੇ ਨੇ ਕਿ ਭਾਈ ਮਨਦੀਪ ਨੂੰ ਉਡੀਕ ਰਹੇ ਸੀਗੇ ਕਰਾਉਣੇ ਬਾਬੇ ਦੇ ਦਰਸ਼ਨ ਤੁਹਾਨੂੰ ਜਾ ਕੇ ਤੇ ਅੱਜ 15 ਚੇਤ 28 ਮਾਰਚ ਸਾਲ 2023 ਤੇ ਮੰਗਲਵਾਰ ਦਾ ਦਿਨ ਭਾਈ ਸਵਾ ਸਵੇਰੇ ਦੇ 9:15 ਤੋਂ ਟੱਪ ਕੇ 9:30 ਦੇ ਆਸ-ਪਾਸ ਆ ਤੇ ਧੰਨਵਾਦ ਵੀਡੀਓ ਤੇ ਕਲਿੱਕ ਕਰਨ ਵਾਸਤੇ ਐਂਡ ਤੱਕ ਜ਼ਰੂਰ ਦੇਖੋ ਲਾਈਕ ਪਹਿਲਾਂ ਜੀ ਕਰ ਦਿਓ ਨਵੇਂ ਆਏ ਚੈਨਲ ਦੇ ਸਬਸਕ੍ਰਾਈਬ ਕਰ ਲਿਓ ਤੇ ਸਬਸਕ੍ਰਾਈਬ ਵਧੀਆ ਨਹੀਂ ਭੁੱਲੇਗਾ ਨਵੇਂ ਆਏ ਚੈਨਲ ਦੇ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਤੇ ਦੇਖ ਰਹੇ ਤਾਂ ਫੋਲੋ ਕਰ ਲਿਓ ਹਾਂਜੀ ਹਾਂਜੀ ਟੰਗ ਰੱਖੇ ਇਧਰ ਅਸ਼ਾ ਅੱਛਾ ਕੀ ਪੜਦੇ ਉਹਦੇ ਨਾਲ ਤੁਸੀਂ ਇਹ ਯਾਰ ਅੱਛਾ ਠੀਕ ਆ ਸੜਕ ਸੜਕ ਨਾ ਪਟਣ ਲੱਗ ਜਿਓ ਵਧੀਆ ਸਿਹਤ ਆਓ ਚੱਲਦੇ ਹਾਂ ਦੁਬਾਰੇ ਚਾਹ ਪੀ ਲਿਓ ਸਾਡੇ ਨਾਲ ਨਾਲ ਮਿਲ ਕੇ ਠੀਕ ਹੈ ਭਾਈ ਤੇ ਚਲੋ ਕਰਾਉਣੇ ਆ ਫਿਰ ਤੁਹਾਨੂੰ ਦਰਸ਼ਨ ਬਾਬੇ ਦੇ ਭਾਈ ਤੇ ਬਣੇ ਰਹੋ ਐਂਡ ਤੱਕ ਬਾਈਕ ਵਾਲਾ ਗੁੱਠਾ ਜਿਹਾ ਲਾਜ਼ਮੀ ਦੱਬ ਦਿਓ ਤੂੜੀ ਦਾ ਸੌਦਾ ਕਰਾ ਕੇ ਆਊਗਾ ਬਾਈ ਕੀ ਰੇਟ ਆ ਤੂੜੀ ਦਾ ਯਾਰ 500 ਇੰਨਾ ਘਟਾਤਾ ਯਾਰ 500 ਤੂੜੀ 500 500 500 ਨੂੰ ਤੂੜੀ ਕੀ ਫੋਨ ਲਾ ਰੱਖਿਆ ਰੱਬ ਨਾਲ ਤਾਰਾਂ ਜੋੜ ਰੱਖੀਆਂ ਸਿੱਧੀਆਂ ਹੈ ਸਿੱਧੀਆਂ ਤਾਰਾਂ ਜੋੜ ਲਈਦੀਆਂ ਬਾਈ ਕਦੇ ਕਦੇ ਹੋਰ ਵਧੀਆ ਸਿਹਤ ਚੱਲ ਚੰਗਾ ਚੱਲਦਾ ਕੰਮ ਕਰ ਉਹ ਆ ਜਾ ਗੁਰੂ ਉਹਦਾ ਤੂੜੀ ਵਿੱਚ ਕੇ ਇਹਨਾਂ ਨੂੰ ਫਿਰ ਆਊਗਾ ਤੂੰ ਲਿਆ ਫਿਰ ਲਾਡੀ ਨੂੰ ਅਸੀਂ ਚੱਲਦੇ ਹਾਂ ਚਲੋ ਭਾਈ ਸਾਹਿਬ ਵੈਗਰੀ ਖਾਲਸਾ ਵੈਗਰੀ ਕੀ ਫਤਿਹ ਅਨਲਿਮਿਟਿਡ ਚੈੱਕ ਮਾਈਆਂ ਨੇ ਪਾਈ ਕੰਦੇ ਲੰਗਰਾਂ ਦੀ ਸੇਵਾ ਕੀਤੀ ਸਤਿਗੁਰੂ ਮਾਰੇ ਮੇਰਾ ਕਰ ਰਲ ਗਿਆ ਸੌਦਾ ਲਾਡੀ ਰਲ ਜੂਗਾ ਚੰਗਾ ਇਹਨੂੰ ਪਾਣੀ ਵਿੱਚ ਤਾਰ ਦੀ ਕੀ ਹੋ ਜੂ ਇਹਦੇ ਨਾਲ ਜਾੜ ਦਾ ਸਾਲ ਪਾਇਆ ਕੀੜੇ ਦਾ ਥੋਲੇ ਕਾਦੇ ਹੁੰਦੇ ਬਾਬਾ ਯਾਰ ਲੈ ਮੇਰੇ ਥੋਲਾ ਪਾਇਆ ਮੇਰੇ ਮੁੜ ਕੇ ਦੁਖੀ ਜਾੜ ਜਾ ਉਹ ਸਰਦਾਰ ਕਾਲੇ ਸੱਪ ਤਾਂ ਨਸੂੜੀਆਂ ਛੱਡ ਜਾ ਨਸੂੜੀਆਂ ਨਾ ਖਾਈ ਜੇ ਜ਼ਿੰਦਗੀ ਵਿੱਚ ਜਾੜ ਦੋ ਕੁਝ ਤਾਂ ਪੇਟੇ ਲਾਣ ਤੇ ਕਹਿਦੀ ਹਟ ਗਈ ਮੈਨੀ ਹਟ ਗਈ ਥੋੜਾ ਇਹ ਹਵਾ ਰਾਹੀਂ ਕੰਮ ਕਰ ਜਾਂਦਾ ਫਿਰ ਥੋੜੇ ਨਾਲ ਆਪਾਂ ਹਟਾ ਰਹੇ ਆ ਫਿਰ ਦਵਾਈ ਦੀ ਕੀ ਲੋੜ ਸੀ ਕਈ ਵਾਰੀ ਗੱਲ ਤਾਂ ਉਹੀ ਹੈ ਨਹੀਂ ਨਹੀਂ ਗੱਲ ਤਾਂ ਉਹੀ ਆ ਇਹ ਬੰਦੇ ਆਪਣੇ ਕੀ ਕਰਦੇ ਨਾ ਉਹਨਾਂ ਤਾਂ ਰੁਕ ਜਾਊਗਾ ਸੋਲੇ ਨਾਲ ਜੇ ਜਿਹੜਾ ਰੇਸ਼ਾ ਹੈ ਉਹ ਤਾਂ ਫਿਰ ਦਵਾਈ ਕੱਢੂਗੀ ਨਾ ਹੈ ਬਾਬਾ ਇਹ ਬੰਦੇ ਕੀ ਕਰਦੇ ਆ ਦਵਾਈਆਂ ਲਈ ਜਾਣਗੇ ਡਾਕਟਰ ਤੋਂ ਮਗਰੋਂ ਪਾ ਜਾਣਗੇ ਥੋਲੇ ਤੇ ਉਹ ਦਵਾਈ ਤੇ ਉਧਰੋਂ ਅਸਰ ਕਰਨ ਦਾ ਟਾਈਮ ਹੋ ਜਾਂਦਾ ਉਧਰੋਂ ਆਖਣਗੇ ਬਸ ਥੋਲਾ ਸਾਡਾ ਕੰਮ ਕਰ ਗਿਆ ਇਹਨਾਂ ਕੋਲੇ ਜਾੜ ਦਾ ਥੋਲਾ ਤਾਂ ਹੁੰਦਾ ਇਹ ਸਹੀ ਪਾਉਣ ਸਹੀ ਉਹ ਕਰ ਦੇਣ ਥੋੜਾ ਬਾਪਾ ਹਵਾ ਰਹੀ ਇਹ ਪੁਰਾਣੇ ਬਾਪਾ ਉਹ ਨਹੀਂ ਵਹਿਮ ਚੱਲੇ ਆਉਂਦੇ ਹੈਗੇ ਕਾਚ ਮੇ ਰੱਖ ਲਾਉਣੀ ਆ ਪਿੱਛੇ ਇੱਕ ਲਗਾਣੇ ਆ ਮਨਾਇਕ ਇਹ ਇੰਨਾ ਕਿ ਦੇ ਵਿੱਚ ਜਿੰਨੀ ਇਹ ਦਵਾਈ ਆ ਇੰਨਾ ਕਿ ਨਿਮਕ ਪਾ ਲਈ ਠੀਕ ਹੈ ਤੇ ਪੂਰੇ ਦੰਦਾਂ ਵਿੱਚ ਮਲ ਲੈ ਠੀਕ ਹੈ ਥੋੜਾ ਨਿਮਕ ਘੱਟ ਹੀ ਪਾਈ ਨਿਮਕ ਪਾਈ ਨਾ ਤੂੰ ਪੂਰੇ ਦੰਦਾਂ ਵਿੱਚ ਮਲ ਲਈ ਇਹਨੂੰ 5-6 ਵਾਰੀ ਲਾਣੀ ਨਾ ਪਾਈ ਨਿਮਕ ਪਵਾਈ ਦਿਨ ਚ ਜਿਵੇਂ ਆ ਕਿੱਕਰ ਜੀ ਨਹੀਂ ਆ ਆਪ ਕਰੀ ਇਹਦੇ ਗਿੱਲੇ ਜੇ ਸੱਕ ਲਾ ਲਈ ਥੋੜੇ ਜਿਹੇ ਉਹਨੂੰ ਪਾਣੀ 'ਚ ਉਬਾਲ ਲਈ ਜਦੋਂ ਇਹ ਲਾ ਕੇ ਨਾ ਦਵਾਈ ਤੇ ਇਹਦੀਆਂ ਕੁਰਲੀਆਂ ਕਰ ਥੱਲੇ ਨੂੰ ਮੂੰਹ ਕਰਦੀ ਸਾਰੇ ਰੇਸਾ ਬਾਅਦ ਬੋਲ ਦੋਨੇ ਹੱਥ ਕਰ ਬੋਲ ਗੁਰੂ ਗੋਰਖਨਾਥ ਦੀ ਜੈ
ਜਾਂ ਜ਼ਿੰਦਗੀ ਵਿੱਚ ਦੰਦ ਜਾੜ ਨਹੀਂ ਲੋਕਣੇ ਹੋਰ ਮੈਂ ਗਰੰਟੀ ਲੈਂਦਾ ਦੰਦਾਂ ਦੀ ਪੱਕੀ ਗਰੰਟੀ ਮੇਰਾ ਲੰਬਰ ਲਿਖ ਲੈ ਕਿਸੇ ਭੈਣ ਭਰਾ ਨੂੰ ਚਾਹੀਦੀ ਹੋਵੇ ਦਵਾਈ ਗੋਡਿਆਂ ਦੀ ਗਿੱਟਿਆਂ ਦੀ ਜੋੜਾਂ ਦੀ ਜਿਹੜਾ ਐਂ ਕਹਿੰਦਾ ਮੇਰੇ ਤੋਂ ਤੁਰਿਆ ਨਹੀਂ ਜਾਂਦਾ ਤਿੰਨ ਚਾਰ ਦਿਨ ਦੀ ਦਵਾਈ ਫਰੀ ਦਊਂ ਕੋਈ ਪੈਸਾ ਨਹੀਂ ਲੈਂਦਾ ਬੰਦਾ ਕਹਿ ਕੇ ਹਾਂ ਮੈਂ ਠੀਕ ਹਾਂ ਅਤੇ ਫਿਰ ਦਵਾਈ ਬਣਵਾ ਲੈ ਇਹ ਸਰਦਾਰ ਜੀ ਗਲਤ ਗੱਲ ਹੈ ਪਹਿਲੇ ਇਸਤੇਮਾਲ ਕਰ ਫਿਰ ਵਿਸ਼ਵਾਸ ਕਰ ਮੈਨੂੰ ਚੱਲ 200 ਵੀ ਬਸ 200 ਦਾ ਵੀ ਕੀ ਕਰਤਾ ਪਹਿਲਾਂ ਤੁਸੀਂ ਵੀ ਉਹੀ ਬਸ ਲੱਗ ਜਾਂਦੇ ਪਿੱਛੇ ਮੰਮੀ ਬਾਬੇ 200 ਆ ਗਏ 50 ਘੱਟ ਆ ਕੇ ਸੀ ਬਾਬੇ ਨੇ ਖੁੱਲੇ ਖੁੱਲੇ 200 ਤੇ ਭਾਈ ਥੱਲੇ ਨਾ ਇਹ ਨਹੀਂ ਮੇਰੇ ਕੋਲ ਖੁੱਲੇ ਦਾ ਦੁਕਾਨ ਤੇ ਪਰੌਣ ਗਿਆ ਮਿਲੇ ਨਹੀਂ ਯਾਰ ਫਿਰ ਹੁਣ ਜਸਨ ਤਾਂ ਬਣਾ ਲਿਆ ਹੁਣ ਇਹ ਦੇ ਦੇ ਜਸਨ ਤੋਂ ਲੈ ਲਾ ਧਾਰ ਕਰ ਲਓ ਬਾਬਾ ਨਾਲੇ ਪਤਾ ਲੱਗ ਜੂ ਜਾੜ ਦੁਖਣੋਂ ਹਟ ਗਈ ਕਿ ਨਾ ਇਹ ਥੋੜੇ ਦੀ ਧਾਰ ਦੀ ਫਿਰ ਤੁਸੀਂ ਕਿਹੜਾ ਆਉਣਾਗਾ ਦੁਬਾਰੇ ਆਉਂਦੀ ਰਹਿੰਦਾ ਮੈਂ ਜੇ ਧਾਰ ਰੱਖੀ ਤਾਂ ਫਿਰ ਤੁਸੀਂ ਦੁਬਾਰੇ ਆਉਂਗੇ ਫੋਨ ਕਰ ਵਟਸਐਪ ਚੱਲਦਾ ਜਦੋਂ ਮਰਜ਼ੀ ਬੁਲਾ ਲਈ ਨੰਬਰ ਬੋਲੋ ਇਹਦਾ ਕੀ ਮੈਨੂੰ ਤਾਂ ਤੇ ਬਿਮਾਰੀ ਵਾਲਾ ਬੰਦਾ ਨੰਬਰ ਦੱਸ ਦਿਓ ਲਿਖ ਇਹਦੇ ਵਿੱਚ ਪਾ ਮੈਂ ਪਾ ਦੂੰਗਾ ਇਹਦੇ ਚ ਪਾ ਦੂੰਗਾ 9350 9350 86 86 ਤਿੰਨ ਉਂਗਲਾਂ ਰੱਖਣੇ ਹੁੰਦੇ ਨਬਜ ਦੇ ਤਾਂ ਚਾਰ ਗੱਲਾਂ ਹੀ ਬੰਦਾ ਸਿੱਖ ਜਾਂਦਾ ਅੱਗੇ ਦੀ ਅੱਗੇ ਹੈਨਾ ਲੋਕ ਹੱਥਾਂ ਵਿੱਚ ਪਾਉਂਦੇ ਮੈਂ ਡੱਬੀ ਵਿੱਚ ਬਸਮ ਚਾਂਦੀ ਬਸਮ ਕਸਤੂਰੀ ਜੇ ਕਮਰੇ ਚ ਖੋਲ ਦਈਏ ਨਾ ਪੂਰੀ ਮਹਿਕਾ ਮਾਰੂ ਕਮਰਾ ਹੀ ਹਾਂ ਇਹ ਬਸਮਾਂ ਅਲੱਗ ਅਲੱਗ ਹੈ ਸਲਾਜੀਤ ਬਸਮ ਕੇਸਰ ਲੋਹਾ ਬਸਮ ਠੀਕ ਹੈ ਭਾਈ ਮਨੂਰ ਪਸਮ ਸਫੈਦ ਮੂਸਲੀ ਇੰਨੇ ਤੋਂ ਬਣਾਉਣੇ ਸਾਰੀਆਂ ਦਵਾਈਆਂ ਹਾਂ ਕਿ ਬਸ ਇੱਕੋ ਲੜਾਈ ਹੁੰਦੀ ਹੈ ਬਸ ਸਾਰੇ ਕੰਮਾਂ ਵਾਸਤੇ ਦੇ ਦੇਣੀ ਆ ਇਹ ਸਾਰੇ ਕੰਮਾਂ ਨੂੰ ਕੰਮ ਕਰਦੀ ਠੀਕ ਹੈ ਜਦੋਂ ਬੂਟੀਆਂ ਚ ਬਣਾਉਂਦੇ ਨੇ ਬਾਬੇ ਪੇਟ ਸਫਾ ਤੇ ਰੋਗ ਦਫਾ ਠੀਕ ਹੈ ਘੜੀ ਦੇ ਦਰਜਨ ਪਹਿਲੇ ਇਸਤੇਮਾਲ ਕਰੋ ਫਿਰ ਵਿਸ਼ਵਾਸ ਕਰੋ ਉਹ ਡਾਇਲੋਗ ਚੱਕਰ ਗਿਆ ਸੀ ਉਹ ਕਹਿੰਦੇ ਨੇ ਉਹ ਕੱਪੜੇ ਧੋਣ ਵਾਲਾ ਪਾਊਡਰ ਆਉਂਦਾ ਹਾਂ ਹਾਂ ਠੀਕ ਹੈ ਬਾਬੇ ਦਵਾਈਆਂ ਤਾਂ ਬਾਬੇ ਕੋਲ ਵਧੀਆ ਹੁੰਦੀਆਂ ਨੇਗੀਆਂ ਕਈ ਵਾਰੀ ਤਾਂ ਸਰੀਰ ਐਵੇਂ ਆਕੜ ਜਾਂਦਾ ਜਿਵੇਂ ਆਪਾਂ ਰੱਸੀ ਨੂੰ ਖਿੱਚ ਕੇ ਬੰਨਦੇ ਆਕੜਦਾ ਨੀ ਖਿਚਾਓ ਬਣ ਜਾਂਦਾ ਉਹਦੇ ਨਾਲ ਫਿਰ ਘਬਰਾਹਟ ਬੀਪੀ ਹਾਈ ਡੋਲ ਰਹਿੰਦਾ ਤੇਰਾ ਖੂਨ ਦੀ ਜਿਹੜੀ ਸਰਕਲ ਚਾਲ ਹੈ ਨਾ ਉਹ ਗਾੜੀ ਪਨ ਵਿੱਚ ਠੀਕ ਆ ਇਹ ਜੋੜਾਂ ਸਿੱਕਰ ਵੀ ਅਸਰ ਕਰਦੀ ਹੈ ਨਾ ਜੋੜ ਤਾਂ ਨਹੀਂ ਦੁਖਦੇ ਹੱਲੇ ਨਹੀਂ ਵੱਧਦੀ ਵੱਧਦੀ ਵੱਧਣੀ ਹੈ ਠੀਕ ਆ ਹਾਂ ਇਹ ਗੱਲ ਚੱਲ ਦਵਾਈ ਲੈ ਲਾਂਗੇ ਡਾਕਟਰਾਂ ਰਾਹੀਂ
अर्जन छाल पिया कर, अर्जन का पेट नहीं होंदा, अर्जन अर्जन पेट होंदा, ओदा सक बाल के ना ओ गलासी सही रहंदा फिर खून। हां ओदे नाल सही रहंदा, ओदे नाल सही रहो। पतीले च पा के बाल ले पित्तल। हां बाल ले पित्तल विच, ओनू ते किसे बोतल बांडे विच डोलू च पा लो, ओनू खाना पीना खा के ते एक गलासी जादी गलासी ले लो बस। अच्छा हां ओ शुगर नु भी कंट्रोल करदा ओ। ठीक है बाबा। ਜਿਵੇਂ ਸਰੀਰ ਵਿੱਚ ਥਕਾਵਟ ਰਹਿੰਦੀ ਹੈ ਉਹ ਵੀ ਠੀਕ। ਸ਼ੂਗਰ ਦੇ ਡੈਡੀ ਨੂੰ ਆ ਅੱਛੇ ਖੜਾ ਸੀ ਜਿਹੜਾ ਉਹਨੂੰ ਸ਼ੂਗਰ। ਹਾਂ ਉਸ ਨੂੰ ਵੀ ਪਾਇਆ ਕਰੋ, ਉਹ ਵੀ ਵਧੀਆ ਹੋ ਜਾਓ। ਠੀਕ ਹੈ ਬਾਈ। ਹਾਂ ਅਰਜਨ ਛਾਲ ਬਹੁਤ ਵਧੀਆ ਪੇਟ ਹੁੰਦਾ ਸੱਤ ਬਚਨ ਜੀ। ਕੀ ਨਾਮ ਬਾਬਾ ਤੁਹਾਡਾ? ਮੇਰਾ ਨਾਮ ਬਾਬੂ ਨਾਥ ਹੈ। ਬਾਬੂ ਨਾਥ। ਹਾਂ ਠੀਕ ਹੈ ਜੀ ਬਾਬੂ ਜੀ। ਤੇਰੇ ਮੇਜਰ ਸਰਪੰਚ ਰੋੜੀ ਵਾਲਾ ਸਾਹੂ ਵਾਲੇ ਵਾਲਾ ਜੱਸਾ ਗੁੜੇ ਵਾਲਾ ਮੰਤਰੀ ਸਰਪੰਚ ਗੋਦਰ ਸੁਖਦੇਵ ਸਰਪੰਚ ਇਹ ਸਾਰੇ ਆਪਣੇ ਮਿੱਤਰ ਨੇ। ਠੀਕ ਹੈ ਜੀ। ਇਹ ਪਵਨ ਜਿਹੜਾ ਆਪਣੇ ਰੋੜੀ ਵਾਲਾ ਮਰ ਗਿਆ ਪਹਿਲਾਂ ਬਹੁਤ ਚਿਰ ਪਹਿਲਾਂ ਸਰਪੰਚ ਰਹੇ ਆਏ। ਉਹ ਵੀ ਆਪਣਾ ਖਾਸ ਬੰਦਾ ਸੀ ਜਿਹੜਾ ਹੁਣ ਚਮਾਰਾ ਦਾ ਮੁੰਡਾ ਬਣਿਆ ਉਹਦਾ ਮੈਂ ਨਾਂ ਭੋਲਾ ਕੀ ਨਾਂ ਉਹਦਾ ਉਹ ਵੀ ਮੈਨੂੰ ਚੰਗੀ ਤਰ੍ਹਾਂ ਜਾਣਦਾ। ਅੱਛਾ ਜੀ ਠੀਕ ਹੈ ਜੀ। ਇੱਥੇ ਪਹਿਲਾਂ ਫੌਜੀ ਹੁੰਦਾ ਸੀ ਜਿਹੜਾ ਉਹ ਵਿਚਲਾ ਡੇਰੇ ਦੇ ਕੋਲੇ ਕਰ ਸੀ। ਹਾਂਜੀ ਹਾਂਜੀ ਉਹ ਵੀ ਆਪਣੇ ਖਾਸ ਮਿੱਤਰ ਨੇ ਇਹ ਤੇਰੇ ਸੂਰਤੀ ਦੇ ਵਿੱਚ। ਠੀਕ ਹੈ ਜੀ। ਇਹ ਖੁਸਲੇ ਵਾਲਾ ਅਮਰੀਕ ਜਿਹੜਾ ਕਬੱਡੀ ਦੇ ਵਿੱਚ ਕਮੈਂਟਰੀ ਕਰਦਾ ਸੀ ਉਲਟਾ ਗੁਜ਼ਰ ਗਿਆ। ਹਾਂਜੀ ਹਾਂਜੀ ਉਹ ਵੀ ਆਪਣਾ ਖਾਸ ਯਾਰ ਮਿੱਤਰ ਸੀ। ਠੀਕ ਹੈ ਜੀ। ਮੇਰੇ ਬਹੁਤ ਬੰਦੇ ਜਾਣਕਾਰ ਤੈਨੂੰ ਜਮਾ ਜ਼ਿੰਦਗੀ ਵਿਚ ਤੇਰੇ ਏਦਾਂ ਦੇ ਜਾੜ ਨੀ ਦੁਖਣੇ ਕਿੱਕਰ ਦੇ ਸੱਕ ਹੋਵੇ ਨਹੀਂ ਤਾਂ ਸਨੀਹ ਦੇ ਥੋੜੇ ਸੱਕ ਲਿਆਈ ਉਹ ਜਦੋਂ ਦਵਾਈ ਮਾਰ ਲਵੇ ਨਾ ਪੂਰੀ ਤੇ ਉਹਦੇ ਵਿਚ ਮਸਲ ਦੀ ਜਦੋਂ ਮਰਜ਼ੀ ਫੋਨ ਕਰ ਲਈ ਆਪਾਂ ਨੂੰ ਗਿੱਲੇ ਦੇ ਸੱਕ ਕਰਕੇ ਨਾ ਦੋ ਚਾਰ ਗਲਾਸੀਆਂ ਬਾਲ ਕੇ ਜਦੋਂ ਡੇਢ ਦੋ ਗਲਾਸੀਆਂ ਰਹਿ ਜਾਵੇ ਉਦੋਂ ਪੁਣ ਕੇ ਕਿਸੇ ਬਾਲਟੇ ਵਿੱਚ ਪਾ ਲਈ ਜਦੋਂ ਇਹ ਦਵਾਈ ਮਰਤੀ ਤੇ ਫਿਰ ਬਾਅਦ ਵਿੱਚ ਇਹਦੀ ਕੁਰਲੀਆਂ ਕਰ ਲਿਆ ਪੂਰੇ ਰਗੜ ਰਗੜ ਕੇ ਸਾਰਾ ਰੇਸ਼ਾ ਵੀ ਖਤਮ ਹੋ ਜਾਣਾ। ਠੀਕ ਹੈ ਜੀ ਭਾਈ। ਠੀਕ ਹੈ ਆਪਾਂ ਤਾਂ ਓਕੇ ਸਿਰ ਨਹੀਂ ਦੁਖਿਆ ਬੁਖਾਰ ਨਹੀਂ ਚੜਿਆ ਜ਼ੁਕਾਮ ਕਦੇ ਇੱਕ ਸੀਜ਼ਨ ਚ ਇੱਕ ਅੱਧੇ ਵਾਰੀ ਲੱਗਦਾ ਠੰਡੇ ਪਾਣੀ ਗੱਲ ਪਹਿਲਵਾਨਾ ਮੇਰੀ ਗੱਲ ਹੁਣ ਠੰਡੇ ਪਾਣੀ ਨਾਲ ਨਹਾਉਣਾ ਸਿਆਲ ਚ ਇੱਕ ਮਹੀਨਾ ਆਉਂਦਾ ਜਿਹਦੇ ਚ ਦੋ ਜੱਗ ਪਾਣੀ ਦੇ ਪਾਉਣਾ ਇੱਕ ਬਾਲਟੀ ਠੀਕ ਹੈ ਜਿਮ ਕਰਨਾ ਤੜਕੇ 4 ਵਜੇ ਉੱਠਦਾ 6:30 ਸਾਲ ਹੋ ਗਏ ਠੀਕ ਹੈ ਇਹ ਸਿਰ ਦੁਖਦੇ ਦੀ ਗੋਲੀ ਲੈਣ ਲੱਗ ਜੇ ਮੈਨੂੰ ਕਿਹਾ ਰੋਜ਼ ਹੀ ਗੋਲੀਆਂ ਚੱਕ ਲੈਣਾ ਕਦੇ 6 ਮਹੀਨਿਆਂ 'ਚੋਂ ਇੱਕ ਗੋਲੀ ਭੁੱਲ ਭੁਲੇਖੇ ਲੈ ਲੈਣਾ ਕੀ ਕਹਿਣਾ ਜੇ ਘਰ ਦੇ ਮਗਰ ਪੈ ਜਾਣਾ ਸਾਲ 'ਚ ਇੱਕ ਵਾਰੀ ਬੁਖਾਰ ਨਹੀਂ ਚੜ੍ਹਦਾ ਪਿਛਲੇ ਸਾਲ ਬੁਖਾਰ ਚੜ੍ਹਿਆ ਸੀ 3 ਸਾਲਾਂ ਤੋਂ ਠੀਕ ਹੈ ਇਹ ਸਾਰਾ ਕਮਾਲ ਆ ਤੜਕੇ ਸੁਨੇਹਾ ਉੱਠੋ ਵਰਜਿਸ਼ ਕਰੋ ਹਾਂ ਖੇਡਦਾ ਤਾਂ ਇਹ ਵੀ ਆ ਖੇਤੀ ਦਾ ਕੰਮ ਕਰਦੇ ਸਾਰਾ ਕਰਦੇ ਆ ਵਾਲੀਬਾਲ ਖੇਡਦਾ ਆ ਕੇ ਵੀ ਚਲ ਉਹ ਕਿਤੇ ਜਾੜ ਦਾ ਰੋਗ ਲੱਗ ਗਿਆ ਕਿਤੇ ਉਹ ਗੱਲ ਅੱਡ ਆ ਹਨਾ ਲਾਈਕ ਕਰਿਓ ਸ਼ੇਅਰ ਕਰਿਓ ਨਵੇਂ ਚੈਨਲ ਤੇ ਸਬਸਕ੍ਰਾਈਬ ਕਰ ਲਿਓ ਪੇਜ ਫੇਸਬੁੱਕ ਤੇ ਦੇਖ ਰਹੇ ਪੇਜ ਫੋਲੋ ਕਰ ਲਿਓ ਮਿਲਦੇ ਆ ਫਿਰ ਨਵੇਂ ਵੀਡੀਓ ਦੇ ਨਾਲ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। Thank you.